ਸਤਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼-ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਖਾਸ ਖਬਰਾਂ ਤੋਂ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਮੌਸਮ ਵਿਭਾਗ ਨੇ ਕਿਸੇ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਚੰਡੀਗੜ੍ਹ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਿਕ 8 ਤੋਂ ਲੈ ਕੇ 11 ਅਗਸਤ ਤੱਕ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ ਇਸ ਤੋਂ ਬਾਅਦ 12 ਤੇ 13 ਅਗਸਤ ਨੂੰ ਮਾਝਾ ਦੁਆਬਾ ਤੇ ਪੂਰਬੀ ਮਾਲਵਾ ਦੇ ਵਿੱਚ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਇਹਨਾਂ ਦੋ ਦਿਨਾਂ ਦੇ ਵਿੱਚ ਪੱਛਮੀ ਮਾਲਵਾ ਦਾ ਮੌਸਮ ਖੁਸ਼ਕ ਰਹਿਣ ਬਾਰੇ ਦੱਸਿਆ ਗਿਆ ਹੈ ਮੌਸਮ ਵਿਭਾਗ ਮੁਤਾਬਕ ਅਗਲੇ 7 ਦਿਨਾਂ ਦੌਰਾਨ ਸਵੇਰੇ ਦੇ ਵੱਧ ਤੋਂ ਵੱਧ ਤਾਪਮਾਨ 'ਚ ਕੋਈ ਵੱਡਾ ਬਦਲਾਅ ਨਹੀਂ ਆਵੇਗਾ ਕੱਲ ਦਾ ਵੱਧ ਤੋਂ ਵੱਧ ਤਾਪਮਨ ਪਟਿਆਲਾ ਦੇ ਵਿੱਚ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਕਿਹਾ ਕਿ ਸੂਬਾ ਹੁਣ ਸੈਲਾਨੀਆਂ ਦੇ ਲਈ ਖੁੱਲਾ ਹੈ ਤੇ ਜ਼ਿਆਦਾਤਰ ਸੜਕਾਂ ਨੂੰ ਆਵਾਜਾਈ ਦੇ ਲਈ ਬਹਾਲ ਕਰ ਦਿੱਤਾ ਗਿਆ ਹੈ। ਵੀਡੀਓ ਸੁਨੇਹੇ ਰਾਹੀਂ ਮੁੱਖ ਮੰਤਰੀ ਨੇ ਦੱਸਿਆ ਕਿ ਮੌਨਸੂਨ ਨੇ ਸੈਲਾਨੀਆਂ ਦੇ ਰਾਹ ਵਿੱਚ ਅੜਿੱਕੇ ਪਾਏ ਸਨ ਜਿਸ ਕਰਕੇ ਕਈ ਸੜਕਾਂ ਬੰਦ ਹੋ ਗਈਆਂ ਸਨ ਤੇ ਇਹਨਾਂ ਨੂੰ ਜੰਗੀ ਪੱਧਰ ਤੇ ਬਹਾਲ ਕਰਨ ਦੇ ਯਤਨ ਸੂਬਾ ਸਰਕਾਰ ਦੇ ਵੱਲੋਂ ਕੀਤੇ ਗਏ ਜਿਸ ਸਦਕਾ ਹੁਣ ਸੈਲਾਨੀ ਹਿਮਾਚਲ ਹਿਮਾਚਲ ਦੀ ਯਾਤਰਾ ਕਰ ਸਕਦੇ ਨੇ ਸੂਬੇ ਦੇ ਪ੍ਰਮੁੱਖ ਯਾਤਰਾ ਸਥਾਨਾਂ ਦੇ ਹੋਟਲ ਮਾਲਕ ਰਿਆਇਤਾਂ ਦੀ ਪੇਸ਼ਕਸ਼ ਵੀ ਕਰ ਰਹੇ ਨੇ Shimla ਤੇ Dharamshala ਦੀ ਹਵਾਈ ਯਾਤਰਾ ਦੇ ਵਿੱਚ ਵੀ ਛੋਟ ਦੇ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਸਲਾਨੀਆਂ ਨੂੰ ਉਪਰੋਸਾ ਦਿੱਤਾ ਹੈ ਕਿ ਤੁਸੀਂ ਹੁਣ ਹਿਮਾਚਲ ਆ ਸਕਦੇ ਹੋ ਘੁੰਮਣ ਦੇ ਲਈ ਆ ਸਕਦੇ ਹੋ ਸੂਬੇ ਦੀ ਸੈਰ ਕਰਨੀ ਹੁਣ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ ਦਰਅਸਲ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇੱਕ ਪਾਸੇ ਹੜ੍ਹ ਆਏ ਹੋਏ ਸਨ ਤਾਂ ਹਿਮਾਚਲ ਦੇ ਵਿੱਚ ਵੀ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਹਾਲਾਤ ਐਨੇ ਕੁ ਖਰਾਬ ਹੋ ਗਏ ਸਨ ਕਿ ਵੱਡੀ ਗਿਣਤੀ ਵਿੱਚ ਇੱਥੇ ਮੌਤਾਂ ਹੋਈਆਂ ਸਨ ਬਹੁਤ ਹੀ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਇੱਥੋਂ ਸਾਹਮਣੇ ਆਈਆਂ ਸਨ ਤੁਸੀਂ ਸਾਰਿਆਂ ਨੇ ਹੀ ਦੇਖੀਆਂ ਨੇ ਜਿਸ ਕਰਕੇ ਸੈਲਾਨੀਆਂ ਦੀ ਆਮਦ ਇੱਥੇ ਲਗਭਗ 0 ਦੇ ਬਰਾਬਰ ਹੋ ਗਈ ਸੀ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸੈਲਾਨੀ ਫਸੇ ਵੀ ਰਹਿ ਗਏ ਸਨ ਹਾਲਾਂਕਿ ਸਾਰਿਆਂ ਨੂੰ ਸੂਬਾ ਸਰਕਾਰ ਦੀਆਂ ਹਦਾਇਤਾਂ ਤੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ 9 ਤੇ 10 ਸਤੰਬਰ ਨੂੰ ਦਿੱਲੀ ਦੇ ਵਿੱਚ ਹੋਣ ਵਾਲੇ G20 ਸੰਮੇਲਨ ਤੋਂ ਪਹਿਲਾਂ ਸਿੱਖਾਂ ਦੇ ਮੁੱਦੇ ਕਰਵਾਉਣ ਲੱਗੇ ਨੇ ਜਗਤਾਰ ਸਿੰਘ ਉਰਫ ਜੱਗੀ ਜੋਲ ਅਤੇ ਫਰਾਂਸ ਦੇ ਵਿੱਚ ਦਸਤਾਰ ਦੇ ਮੁੱਦੇ ਸਿੱਖ ਲੀਡਰਾਂ ਨੇ ਚੁੱਕੇ ਨੇ G20 ਸੰਮੇਲਨ ਤੋਂ ਪਹਿਲਾਂ ਜਗਤਾਰ ਸਿੰਘ ਜੱਗੀ ਜੋਲ ਦੀ ਰਿਹਾਈ ਲਈ ਬ੍ਰਿਟਾਨੀਆ ਦੇ 70 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮੰਗ ਪੱਤਰ ਸੌਂਪਿਆ ਅਤੇ ਭਾਰਤ ਵਿੱਚ ਨਜ਼ਰਬੰਦ ਬ੍ਰਿਟਿਸ਼ ਸਿੱਖ ਜਗਤਾਰ ਸਿੰਘ ਜੋਲ ਦੀ ਤੁਰੰਤ ਰਿਹਾਈ ਦੀ ਅਪੀਲ ਕੀਤੀ ਹੈ ਅਰਿਸ਼ੀ ਸੁਨਕ ਇਸ ਹਫਤੇ ਨਵੀਂ ਦਿੱਲੀ ਵਿੱਚ ਜੀ20 ਸੰਮੇਲਨ ਵਿੱਚ ਹਿੱਸਾ ਲੈਣਗੇ ਤੇ ਇਸ ਤੋਂ ਪਹਿਲਾਂ ਜੋਲ ਦੀ ਰਿਹਾਈ ਦੀ ਮੰਗ ਜ਼ੋਰ ਫੜ ਗਈ ਹੈ ਸੰਸਦ ਮੈਂਬਰਾਂ ਨੇ ਰਿਸ਼ੀ ਸੁਨਕ ਨੂੰ ਇੱਕ ਚਿੱਠੀ ਭੇਜ ਕੇ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਜਾਵੇ ਕੈਪਟਨ ਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੇ ਪੰਜਾਬ ਚ ਕੁਝ ਵਾਰਦਾਤਾਂ ਦੇ ਵਿੱਚ ਕਥਿਤ ਤੌਰ ਤੇ ਜੱਗੀ ਜੋਲ ਦੀ ਸ਼ਮੂਲੀਅਤ ਦੱਸ ਕੇ ਜੋਲ ਨੂੰ 4 ਨਵੰਬਰ 2017 ਨੂੰ ਜਲੰਧਰ ਵਿੱਚ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਆਪਣੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਆਪਣੀ ਨਵੀਂ ਵਿਆਹੀ ਪਤਨੀ ਦੇ ਨਾਲ ਬਾਜ਼ਾਰ ਵਿੱਚ ਖਰੀਦਦਾਰੀ ਕਰ ਰਿਹਾ ਸੀ ਮੌਜੂਦਾ ਸਮੇਂ ਜੱਗੀ ਜੋਲ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਹਾਲੇ ਤੱਕ ਜੱਗੀ ਜੋਲ ਦੇ ਖਿਲਾਫ ਇੱਕ ਵੀ ਕੇਸ ਦੇ ਵਿੱਚ ਦੋਸ਼ ਤੈਅ ਨਹੀਂ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਫਰਾਂਸ ਵਿੱਚ ਦਸਤਾਰ ਦਾ ਮੁੱਦਾ ਚੁੱਕਿਆ ਹੈ। ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਾਂਸ ਵਿੱਚ ਦਸਤਾਰ ਤੇ ਰੋਕ ਦਾ ਮੁੱਦਾ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਨ ਕੋਲ ਚੁੱਕਣ ਦੀ ਅਪੀਲ ਕੀਤੀ ਹੈ ਕਿਉਂਕਿ ਦਿੱਲੀ ਦੇ ਵਿੱਚ ਜੀ20 ਸਮਾਗਮਾਂ ਦੌਰਾਨ ਦੋਵੇਂ ਮੁਲਕਾਂ ਦੇ ਇੰਨਾ ਵੱਡੇ ਲੀਡਰਾਂ ਦੀ ਮੁਲਾਕਾਤ ਹੋਏਗੀ। ਇਸ ਦਰਮਿਆਨ ਐਸਜੀਬੀਸੀ ਨੇ ਮੰਗ ਕੀਤੀ ਹੈ ਕਿ ਪੀਐਮ ਮੋਦੀ ਫਰਾਂਸ ਦੇ ਸਕੂਲਾਂ ਵਿੱਚ ਦਸਤਾਰ ਸਜਾਉਣ ਦੀ ਆਜ਼ਾਦਾਨਾ ਖੁੱਲ੍ਹ ਦੇਣ ਕారణ ਕਿਉਂਕਿ G20 ਸਮਾਗਮ ਦਾ ਹੀ ਇੱਕ ਅਹਿਮ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅੰਦਰ ਸਿੱਖਾਂ ਨਾਲ ਸੰਬੰਧਿਤ ਸਕੂਲਾਂ ਦੇ ਵਿੱਚ ਦਸਤਾਰ ਦੇ ਮਸਲੇ ਦੇ ਪੱਕੇ ਹੱਲ ਦੀ ਪਹਿਲ ਕਦਮੀ ਕਰ ਸਕਦੇ ਨੇ ਗਰੇਵਾਲ ਨੇ ਭਾਜਪਾ ਵਿੱਚ ਮੌਜੂਦ ਸਿੱਖ ਲੀਡਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸੰਜੀਦਾ ਮਸਲੇ ਤੇ ਆਪਣੀ ਭੂਮਿਕਾ ਨਿਭਾਉਣ ਦਰਸਲ ਫਰਾਂਸ ਦੇ ਵਿੱਚ ਸਕੂਲੀ ਬੱਚੇ ਨੇ ਜਿਹੜੇ ਸਕੂਲਾਂ ਦੇ ਵਿੱਚ ਵਿਦਿਅਕ ਅਦਾਰਿਆਂ ਦੇ ਵਿੱਚ ਸਿੱਖ ਬੱਚਿਆਂ ਦੇ ਦਸਤਾਰ ਸਜਾਉਣ ਤੇ ਪਿਛਲੇ 20 ਸਾਲਾਂ ਤੋਂ ਰੋਕ ਲੱਗੀ ਹੋਈ ਹੈ ਤੇ ਇੱਕ ਵੱਡਾ ਕਾਰਨ ਹੈ ਉੱਥੇ ਫਰਾਂਸ ਦੇ ਵਿੱਚ ਵਸਦੇ ਸਿੱਖ ਬੱਚਿਆਂ ਦੇ ਪਤਿਤ ਹੋਣ ਦਾ ਕੇਸ ਕਤਲ ਕਰਵਾਉਣ ਦਾ ਇੱਕ ਵੱਡਾ ਕਾਰਨ ਹੈ ਕਿਉਂਕਿ ਉਹਨਾਂ ਨੂੰ ਦਸਤਾਰ ਸਜਾ ਕੇ ਸਕੂਲਾਂ ਵਿੱਚ ਦਾਖਲਾ ਨਹੀਂ ਮਿਲਦਾ ਪਿਛਲੇ ਸਮੇਂ ਦੇ ਵਿੱਚ ਇਹ ਦਸਤਾਰ ਦੇ ਬਾਰੇ ਵਿੱਚ ਦੁਨੀਆ ਦੇ ਅੰਦਰ ਕਈ ਤਰ੍ਹਾਂ ਦੇ ਭਰਮਪレਖੇ ਸਨ ਜਿਦੇ ਵਿੱਚ ਫਰਾਂਸ ਦੇ ਅੰਦਰ ਦਸਤਾਰ ਦਾ ਇਸ਼ੂ ਬਹੁਤ ਵੱਡੇ ਪੱਧਰ ਤੇ ਚੱਲਿਆ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਰੀਬ 2008 ਤੋਂ ਲੈ ਕੇ ਇਹ ਸਰਕਾਰਾਂ ਨਾਲ ਤੇ ਫਰਾਂਸ ਦੀ ਐਮਬੈਸੀ ਨਾਲ ਇਸ ਗੱਲ ਲਈ ਲੜਾਈ ਲੜੀ ਆ ਸੋ ਅੱਜ ਦੇ ਦਿਨ ਜਿਹੜਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਾਂ ਉਹਨਾਂ ਦੇ ਜਿਹੜੇ ਹਮਾਇਤੀ ਕੁਝ ਸਿੱਖ ਚਿਹਰੇ ਜਿਹੜੇ ਭਾਜਪਾ 'ਚ ਬੈਠੇ ਆ ਉਹ ਇਸ ਗੱਲ ਲਈ ਬਹੁਤ ਵੱਡੀਆਂ ਉੱਚੀ ਸੁਰ ਦੇ ਵਿੱਚ ਗੱਲਾਂ ਕਰਦੇ ਨੇ ਕਿ ਜਿਹੜੇ ਮੋਦੀ ਸਾਹਿਬ ਆ ਉਹ ਸਿੱਖਾਂ ਦੇ ਪ੍ਰਤੀ ਬਹੁਤ ਵਫਾਦਾਰ ਨੇ ਤੇ ਸਿੱਖਾਂ ਦੇ ਮਸਲਿਆਂ ਲਈ ਉਹ ਬਹੁਤ ਚਿੰਤਤ ਨੇ ਅਸੀਂ ਅੱਜ ਉਹਨਾਂ ਨੂੰ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਆ ਉਹ ਜੀ20 ਦੇ ਇਸ ਸਮਿਟ ਦੇ ਵਿੱਚ ਦਿੱਲੀ ਪਹੁੰਚ ਚੁੱਕੇ ਆ ਤੇ ਉੱਥੇ ਮੋਦੀ ਸਾਹਿਬ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਹੋਣੀ ਆ ਭਾਵੇਂ ਕਿ ਕਈ ਤਰ੍ਹਾਂ ਦੇ ਜਿਹੜੇ ਦਸਤਾਰ ਦੇ ਇਸ਼ੂ ਆ ਉਹ ਹਲ ਵੀ ਹੋਇਆ ਸ਼ਰੋਣੀ ਕਮੇਟੀ ਦੇ ਇਸ ਦਬਾਅ ਦੇ ਨਾਲ ਤੇ ਸਿੱਖ ਸੰਗਤ ਦੇ ਦੁਨੀਆ ਦੇ ਦੁਨੀਆ ਪਰਚੋਂ ਆਏ ਜਿਹੜੇ ਦਬਾਅ ਦੇ ਕਰਕੇ ਪਰ ਇੱਕ ਗੱਲ ਦੇਖਣ ਵਾਲੀ ਆ ਕਿ ਜਿਹੜੇ ਬੱਚੇ ਆ ਜਿਹੜੇ ਪੁੰਗਰ ਰਹੀ ਫਲਵਾੜੀ ਆ ਪੁੰਗਰ ਰਹੀ ਪਨੀਰੀ ਆ ਜਿਹੜੀ ਸਿੱਖ ਆਉਂਦੀ ਉਹਨਾਂ ਤੇ ਅੱਜ ਵੀ ਦਸਤਾਰ ਦੀ ਪਾਬੰਦੀ ਸਕੂਲ ਵਿੱਚ ਦਸਤਾਰ ਦੀ ਪਾਬੰਦੀ ਜਿਹੜੀ ਆ ਫਰਾਂਸ ਦੇ ਵਿੱਚ ਲੱਗੀ ਹੋਈ ਆ ਅਸੀਂ ਚਾਹਾਂਗੇ ਕਿ ਮੋਦੀ ਸਾਹਿਬ ਅੱਜ ਜਦੋਂ ਕਿ ਫਰਾਂਸ ਦੇ ਰਾਸ਼ਟਰਪਤੀ ਇੱਥੇ ਆਉਂਦੇ ਆ ਕਿਉਂਕਿ ਸਿੱਖਾਂ ਦਾ ਬਹੁਤ ਵੱਡਾ ਰੋਲ ਆ ਇਸ ਦੇਸ਼ ਦੀ ਆਜ਼ਾਦੀ ਲਈ ਤੇ ਦੇਸ਼ ਦੇ ਮਾਣ ਵਧਾਉਣ ਲਈ ਹਰ ਖੇਤਰ ਦੇ ਅੰਦਰ ਸਿੱਖਾਂ ਦੇ ਇਸ ਮਾਮਲੇ ਨੂੰ ਉਹ ਜ਼ਰੂਰ ਕਿਹਨਾ ਫਰਾਂਸ ਦੇ ਰਾਸ਼ਟਰਪਤੀ ਨਾਲ ਕਿਹਨਾ ਮਿਲ ਕੇ ਉਹਨਾਂ ਨੂੰ ਇਸ ਮਸਲੇ ਦਾ ਹੱਲ ਕਰਾਉਣਗੇ ਕਿਉਂਕਿ ਜੇ ਬੱਚਾ ਹੀ ਸਾਡਾ ਆਪਣੀ ਸਾਡੀ ਸਿੱਖੀ ਪਹਿਰਾਵਾ ਤੇ ਪੇਸ਼ ਪੂਛਾ ਨੂੰ ਨਹੀਂ ਅਪਣਾ ਸਕੇਗਾ ਤਾਂ ਫਿਰ ਉਹ ਅੱਗੇ ਆਉਣ ਵਾਲੀ ਜ਼ਿੰਦਗੀ ਵਿੱਚ ਇਸ ਗੱਲ ਲਈ ਪਰਪਕ ਨਹੀਂ ਹੋ ਸਕਦਾ ਸੋ ਇੱਕ ਸਿੱਖੀ ਸ਼ਾਨ ਦਾ ਜਿਹੜਾ ਪ੍ਰਤੀਕ ਹੈ ਨੰਦਸਤਾਰ ਉਹ ਸਕੂਲਾਂ ਦੇ ਵਿੱਚ ਅੱਜ ਵੀ ਬੈਨ ਹੈ ਫਰਾਂਸ ਦੇ ਅੰਦਰ ਉਸ ਦੇ ਵਾਸਤੇ ਅਸੀਂ ਚਾਹਾਂਗੇ ਕਿ ਮੋਦੀ ਸਾਹਿਬ ਦਾ ਗੁਣਗਾਨ ਕਰਨ ਵਾਲੇ ਜਿਹੜੇ ਬੀਜੇਪੀ ਵਿੱਚ ਬੈਠੇ ਸਿੱਖ ਚੇਰੇ ਆ ਉਹ ਇਸ ਦਾ ਮਸਲੇ ਹੱਲ ਕਰਾਉਣ ਇਸ ਗੱਲ ਦੀ ਅਸੀਂ ਆਉਣ ਵਾਲੇ ਦਿਨਾਂ ਵਿੱਚ ਉਡੀਕ ਕਰਾਂਗੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰੈਸ ਲਵਾਉਣ ਵਾਸਤੇ ਸ਼੍ਰੋਮਣੀ ਕਮੇਟੀ ਦਾ ਇੱਕ ਉੱਚ ਪਦਰੀ ਵਫਦ ਐਸਜੀਪੀਸੀ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅਮਰੀਕਾ ਜਾਵੇਗਾ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਲੰਘੇ ਦਿਨੀ ਹੀ ਕੈਲੀਫੋਰਨੀਆ ਦੇ ਸ਼ਹਿਰ ਟ੍ਰੇਸੀ ਦੇ ਵਿੱਚ ਇਹ ਪ੍ਰਿੰਟਿੰਗ ਪ੍ਰੈਸ ਲਾਉਣ ਦਾ ਫੈਸਲਾ ਲਿਆ ਹੈ ਇਸ ਦੇ ਨਾਲ ਹੀ ਐਸਜੀਪੀਸੀ ਇੱਥੇ ਧਰਮ ਪ੍ਰਚਾਰ ਕੇਂਦਰ ਖੋਲੇਗੀ ਗੁਰਦੁਆਰਾ ਸਾਇਬਰ ਸਥਾਪਿਤ ਕਰੇਗੀ ਅਤੇ ਇਹ ਇਹ ਸਾਰੀਆਂ ਜਿਹੜੀਆਂ ਇਹ ਸਾਰੇ ਕਾਰਜ ਸ਼ੁਰੂ ਕਰਨ ਦੇ ਲਈ ਜ਼ਮੀਨ ਦੀ ਲੋੜ ਹੈ ਤਾਂ ਜ਼ਮੀਨ ਦੀ ਪੇਸ਼ਕਾਸ਼ ਹੈ ਜਿਹੜੀ ਉਹ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਬਾਨੀ ਸਿੱਖ ਵਿਦਵਾਨ ਸਰਦਾਰ ਗਿਆਨ ਸਿੰਘ ਸੰਧੂ ਕੈਨੇਡਾ ਅਤੇ ਫਾਊਂਡੇਸ਼ਨ ਦੇ ਸਰਪ੍ਰਸਤ ਉੱਗੇ ਕਾਰੋਬਾਰੀ ਕਰਨੈਲ ਸਿੰਘ ਸੰਧੂ ਅਮਰੀਕਾ ਦੇ ਫਾਊਂਡੇਸ਼ਨ ਦੇ ਪੰਜਾਬ ਪ੍ਰਤੀਨਿਧ ਲਖਵਿੰਦਰ ਸਿੰਘ ਕਾਨੇਕੇ ਦੇ ਵੱਲੋਂ ਕੀਤੀ ਗਈ ਹੈ ਜਾਨਕਿ ਜਿਹੜੇ ਟੋਡਰਮਲ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਜਿਹੜੇ ਬਾਨੀ ਹਨ ਅਤੇ ਸਰਪ੍ਰਸਤ ਨੇ ਉਹਨਾਂ ਨੇ ਪੇਸ਼ਕਸ਼ ਕੀਤੀ ਹੈ ਜ਼ਮੀਨ ਦੇਣ ਦੀ ਜਿਸ ਤੋਂ ਬਾਅਦ ਕਮੇਟੀ ਨੇ ਫੈਸਲਾ ਲਿਆ ਕਿ ਅਮਰੀਕਾ ਦੇ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਕੰਮ ਵਿੱਢਿਆ ਜਾਊਗਾ ਭਾਰਤੀ ਸਰਵਉੱਚ ਅਦਾਲਤ ਦੇ ਵੱਲੋਂ ਜਦੋਂ ਤੋਂ ਹਰਿਆਣਾ ਦੀ ਕਮੇਟੀ ਨੂੰ ਆਜ਼ਾਦ ਕੀਤਾ ਗਿਆ ਹੈ ਐਸਜੀਪੀਸੀ ਦੇ ਨਾਲੋਂ ਵੱਖ ਜਿਹੜਾ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ ਵੱਖਰੇ ਤੌਰ ਤੇ ਉਸ ਦੀ ਆਜ਼ਾਦ ਹਸਤੀ ਸਥਾਪਿਤ ਕੀਤੀ ਗਈ ਹੈ ਉਦੋਂ ਤੋਂ ਲੈ ਕੇ ਲਗਾਤਾਰ ਕਮੇਟੀ ਦੇ ਅੰਦਰ ਰਫੜ ਹੀ ਪਿਆ ਹੋਇਆ ਹੈ ਤਾਜ਼ਾ ਖਬਰੇ ਮਿਲੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪਿਛਲੇ ਪ੍ਰਧਾਨ ਥਾਪੇ ਸੀ ਮਹੰਤ ਕਰਮਜੀਤ ਸਿੰਘ ਉਹਨਾਂ ਦੇ ਅਸਤੀਫੇ ਤੋਂ ਬਾਅਦ ਹੁਣ ਕਮੇਟੀ ਦੇ ਨਵੇਂ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੂੰ ਬਣਾ ਦਿੱਤਾ ਗਿਆ ਹੈ ਯਾਨੀ ਕਿ ਉਹਨਾਂ ਨੂੰ ਪ੍ਰਧਾਨ ਦਾ ਵਾਧੂ ਚਾਰਜ ਦੇ ਦਿੱਤਾ ਗਿਆ। ਕੁਝ ਦਿਨ ਪਹਿਲਾਂ ਮਹੰਤ ਕਰਮਜੀਤ ਸਿੰਘ ਸਮੇਤ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਨਵੇਂ ਪ੍ਰਧਾਨ ਦੀ ਨਿਯੁਕਤੀ ਸੰਬੰਧੀ ਹਰਿਆਣਾ ਸਰਕਾਰ ਦੀ ਮੁਖ ਸਕੱਤਰ ਨੇ ਚਿੱਠੀ ਜਾਰੀ ਕਰ ਦਿੱਤੀ ਹੈ। ਇਸ ਚਿੱਠੀ ਦੇ ਵਿੱਚ ਵੀ ਦੱਸਿਆ ਗਿਆ ਹੈ ਕਿ ਪ੍ਰਧਾਨ ਅਤੇ ਜਰਨਲ ਸਕੱਤਰ ਦੇ ਵੱਲੋਂ ਅਸਤੀਫੇ ਦਿੱਤੇ ਜਾਣ ਤੋਂ ਬਾਅਦ ਹੁਣ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਜਿਹੜੇ ਕਮੇਟੀ ਦੇ ਭੁਪਿੰਦਰ ਸਿੰਘ ਅਸੰਧ ਉਹਨਾਂ ਨੂੰ ਕਮੇਟੀ ਦੇ ਪ੍ਰਧਾਨ ਅਤੇ ਐਗਜ਼ੀਕਟਿਵ ਮੈਂਬਰ ਰਮਨੀਕ ਸਿੰਘ ਮਾਨ ਨੂੰ ਜਰਨਲ ਸਕੱਤਰ ਦਾ ਵਾਧੂ ਚਾਰਜ ਸੌਂਪਿਆ ਜਾਂਦਾ ਹੈ ਪਿਛਲੇ ਦਿਨੀ ਦਾਦੂਵਾਲ ਧੜੇ ਅਤੇ ਮਹੰਤ ਕਰਮਜੀਤ ਸਿੰਘ ਦੇ ਧੜੇ ਦੇ ਵਿਚਾਲੇ ਜਦੋਂ ਐਗਜ਼ੀਕਟਿਵ ਦੀ ਮੀਟਿੰਗ ਹੋ ਰਹੀ ਸੀ ਉਸ ਵੇਲੇ ਹੱਥੋਪਾਈ ਹੋ ਗਈ ਸੀ ਗਾਲੀ ਗਲੋਚ ਤੱਕ ਹੋ ਗਿਆ ਸੀ ਉਸ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਨੇ ਵੀ ਮਾਮਲੇ 'ਚ ਦਖਲ ਦਿੱਤਾ ਸੀ ਹਰਿਆਣਾ ਕਮੇਟੀ ਨੂੰ ਮੀਟਿੰਗਾਂ ਕਰਨ ਤੋਂ ਰੋਕ ਦਿੱਤਾ ਸੀ ਅਤੇ ਇਸ ਮਸਲੇ ਦੀ ਜਾਂਚ ਵੀ ਬਿਠਾ ਦਿੱਤੀ ਸੀ ਉਸ ਤੋਂ ਬਾਅਦ ਮਹੰਤ ਕਰਮਜੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ ਪੰਚਕੁਲਾ ਦੇ ਵਿੱਚ ਕੱਗਰ ਨਦੀ ਦੇ ਕੰਢੇ ਸਥਿਤ ਰਿਹਾਇਸ਼ੀ ਇਲਾਕਿਆਂ ਦੀ ਜਾਂਚ ਕੀਤੀ ਜਾਵੇਗੀ ਇਹਦੇ ਵਿੱਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਵੱਲੋਂ ਬਣਾਇਆ ਗਿਆ ਅਮਰਾਵਤੀ ਐਨਕਲੇਵ ਸੈਕਟਰ 25 ਤੇ ਹਰਿਆਣਾ ਰਾਜ ਉਦਯੋਗਿਕ ਅਥਾਰਟੀ ਦੁਆਰਾ ਬਣਾਈਆਂ ਵਪਾਰਿਕ ਇਮਾਰਤਾਂ ਸ਼ਾਮਲ ਨੇ ਇਸ ਜਾਂਚ ਦੇ ਵਿੱਚ ਪਿਛਲੇ ਜੁਲਾਈ ਮਹੀਨੇ ਚ ਪਏ ਮੀਂਹ ਤੋਂ ਬਾਅਦ ਕਗਰ ਦਰਿਆ ਚ ਵਹਿਣ ਦੇ ਕਾਰਨਾਂ ਦਾ ਪਤਾ ਲਾਇਆ ਜਾਊਗਾ ਇਸ ਮਾਮਲਾ ਮਾਮਲੇ ਸੰਬੰਧੀ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਜਾਂਚ ਕਰਕੇ ਅਦਾਲਤ ਵਿੱਚ ਵਿਸਤਾਰਿਤ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਨੇ ਅਦਾਲਤ ਦਾ ਵਿਚਾਰ ਹੈ ਕਿ ਇਹਨਾਂ ਨਵੇਂ ਇਲਾਕਿਆਂ ਦੀ ਜਾਂਚ ਦੀ ਲੋੜ ਹੈ ਕਿਉਂਕਿ ਬਰਸਾਤ ਦਾ ਪਾਣੀ ਹਿਮਾਚਲ ਦੇ ਪਹਾੜੀ ਇਲਾਕਿਆਂ ਤੋਂ ਕਗਰ ਦਰਿਆ ਦੇ ਵਿੱਚ ਆਉਂਦਾ ਹੈ ਇਸ ਕਾਰਨ ਇੱਥੇ ਹੜ੍ਹ ਆਉਣ ਦੀ ਸੰਭਾਵਨਾ ਹੈ ਹੁਣ ਇਸ ਮਾਮਲੇ ਦੀ ਸੁਣਵਾਈ 17 ਅਕਤੂਬਰ ਨੂੰ ਹੋਵੇਗੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਨਐਸਯੂਆਈ ਜਿਹੜੀ ਕਿ ਕਾਂਗਰਸ ਦੇ ਵਿਦਿਆਰਥੀ ਜਥੇਬੰਦੀ ਹੈ ਉਸ ਦੀ ਵੱਡੀ ਜਿੱਤ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਭਗਵੰਤ ਮਾਨ ਤਾਂ ਚ ਕਸਤੇ ਹੋਏ ਕਿਹਾ ਕਿ ਅਸੀਂ ਇਲੈਕਸ਼ਨ ਲੜ ਵੀ ਰਹੇ ਹਾਂ ਤੇ ਜਿੱਤ ਵੀ ਰਹੇ ਹਾਂ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਦਿਨ ਪਹਿਲਾਂ ਹੀ ਜਦੋਂ ਲੁਧਿਆਣਾ ਦੇ ਸਾਨੇਵਾਲ ਹਵਾਈ ਅੱਡੇ ਤੋਂ ਮੁੜ ਹਵਾਈ ਉਡਾਣਾ ਚਾਲੂ ਕਰਨ ਦਾ ਉਦਘਾਟਨ ਕਰਨ ਉਸ ਨੂੰ ਹਰੀ ਝੰਡੀ ਦੇਣ ਪਹੁੰਚੇ ਸਨ ਤਾਂ ਉਸ ਮੌਕੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਸਾਨੂੰ ਇਕੱਲੇ ਚੋਣਾਂ ਲੜਨੀਆਂ ਵੀ ਆਉਂਦੀਆਂ ਨੇ ਜਿੱਤਣੀਆਂ ਵੀ ਆਉਂਦੀਆਂ ਨੇ ਅਸੀਂ ਪੰਜਾਬ ਦੇ ਵਿੱਚ 92 ਸੀਟਾਂ ਜਿੱਤੀਆਂ ਨੇ ਕਾਂਗਰਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਐਨਐਸਯੂਆਈ ਦੇ ਜਤਿੰਦਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰਧਾਨ ਚੁਣੇ ਜਾਣ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਅਤੇ ਸਮੁੱਚੀ ਕਾਂਗਰਸ ਪਾਰਟੀ ਨੂੰ ਮੁਬਾਰਕਬਾਦ ਵੀ ਦਿੱਤੀ ਹੈ ਬਾਜਵਾ ਨੇ ਲਿਖਿਆ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਪੰਜਾਬੀ ਦਾ ਬੜਾ ਮਸ਼ਹੂਰ ਹੋਸ਼ ਇੱਕ ਗੀਤ ਹੈ ਕਿ ਚੀਰ ਦਿੰਦੇ ਨੇ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂੰਨ ਮੰਜ਼ਲਾਂ ਤੋਂ ਦੂਰ ਰਹਿ ਕੇ ਕਿੱਥੇ ਮਿਲਦਾ ਹੈ ਸਕੂਨ ਤੋਂ ਅਸੀਂ ਜਿੱਤਾਂਗੇ ਜ਼ਰੂਰ ਮੈਂ ਕਾਂਗਰਸ ਦੇ ਕਾਰਡਰਜ਼ ਨੂੰ ਕਹਿਣਾ ਹੈ ਤਗੜੇ ਹੋ ਯੂਥ ਕਾਂਗਰਸ ਦੇ ਕਾਰਡਰਜ਼ ਨੂੰ ਵੱਡੀ ਕਾਂਗਰਸ ਦੇ ਕਾਰਡਰਜ਼ ਨੂੰ ਮਹਿਲਾ ਕਾਂਗਰਸ ਦੇ ਕਾਰਡਰਜ਼ ਨੂੰ ਐਨਐਸਯੂਆਈ ਦੇ ਕਾਰਡਰਜ਼ ਨੂੰ ਸਾਡੀ ਇੰਟਿਕ ਦੇ ਕਾਰਡਰਜ਼ ਨੂੰ ਸਾਡੇ ਸੇਵਾਦਾਰ ਸਾਰਿਆਂ ਨੂੰ ਕਿ ਚਬੀ ਦੀ جنگ ਅਸੀਂ ਦੇਸ਼ ਵਿੱਚ ਵੀ ਜਿੱਤਣੀ ਹੈ ਚਬੀ ਦੀ جنگ ਜਿਹੜੀ ਹੈ ਪਾਰਲੀਮੈਂਟ ਦੀ ਅਸੀਂ ਸਾਰੀ ਟੀਮ ਨੇ ਪੰਜਾਬ ਵਿੱਚ ਵੀ ਜਿੱਤਣੀ ਹੈ ਅਸੀਂ ਫਿਰ ਆਪਣੀ ਕਾਂਗਰਸ ਦਾ ਝੰਡਾ ਜਿਹੜਾ ਅਸੀਂ ਪਾਰਲੀਮੈਂਟ ਦੀਆਂ ਇਲੈਕਸ਼ਨ ਜਿੱਤ ਕੇ ਇੱਥੇ ਗੱਡਣਾ ਤੇ ਮੈਂ ਇਨਾ ਹੀ ਕਹਿੰਦਾ ਹੋਇਆ ਆਪਣੇ ਨੌਜਵਾਨ ਵੀਰਾਂ ਨੂੰ ਤੇ ਸਮੁੱਚੀ ਕਾਂਗਰਸ ਨੂੰ ਇਹ ਲੱਖ ਲੱਖ ਮੁਬਾਰਕ ਪੇਸ਼ ਕਰਾਂਗਾ ਤੇ ਉਹਨਾਂ ਵੀਰਾਂ ਨੂੰ ਅੱਜ ਇਹ ਬਹੁਤ ਵੱਡਾ ਸੰਦੇਸ਼ ਹੈ ਕਿ ਅਸੀਂ ਇਲੈਕਸ਼ਨਾਂ ਵੀ ਲੜਨੇ ਆ ਤੇ ਇਲੈਕਸ਼ਨਾਂ ਜਿੱਤਨੇ ਆ ਦਰਅਸਲ ਐਨਐਸਯੂਆਈ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸਟੂਡੈਂਟਸ ਯੂਨੀਅਨ ਚੋਣਾਂ ਦੇ ਵਿੱਚ 603 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਐਨਐਸਯੂਆਈ ਨੇ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਸੀਵਾਈਐਸਐਸ ਨੂੰ ਹਰਾ ਦਿੱਤਾ ਜੋ ਪਿਛਲੇ ਸਾਲ 600 ਤੋਂ ਵੱਧ ਵੋਟਾਂ ਨਾਲ ਜਿੱਤ ਗਏ ਸਨ ਸਿਆਸੀ ਮਾਹਰਾਂ ਮੁਤਾਬਕ ਐਨਐਸਯੂਆਈ ਦੇ ਪ੍ਰਧਾਨ ਦੀ 6 ਸਾਲ ਬਾਅਦ ਜਿੱਤ ਕਾਂਗਰਸ ਲੀਡਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਹੀ ਚਮਤਕਾਰ ਕਹੀ ਜਾ ਸਕਦੀ ਹੈ ਐਨਯੂਨੀਵਰਸਿਟੀ ਚੋਣ ਨਤੀਜਿਆਂ ਦਾ ਅਸਰ ਅਗਲੇ ਸਾਲ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਚੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਜਤਿੰਦਰ ਸਿੰਘ ਬਾਰੇ ਖਾਸ ਗੱਲ ਇਹ ਹੈ ਕਿ 6 ਦਿਨ ਪਹਿਲਾਂ ਹੀ ਇਹ এবੀਵੀਪ ਜਿਹੜੀ ਕਿ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਹੈ ਉਸ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸਨ ਲੰਬੇ ਸਮੇਂ ਤੋਂ এবੀਪ ਦੇ এবੀਵੀਪ ਦੇ ਲਈ ਕੰਮ ਕਰਕੇ ਉੱਥੇ ਆਪਣੀ ਚੰਗੀ ਪਕੜ ਵੀ ਜਤਿੰਦਰ ਸਿੰਘ ਬਣਾ ਚੁੱਕਿਆ ਸੀ ਪਰ ਐਤਕੀ ਯੂਨੀਅਨ ਚੋਣਾਂ ਦੇ ਵਿੱਚ ਮੁੱਖ ਉਮੀਦਵਾਰ ਨਾ ਐਲਾਨੇ ਜਾਣ ਕਰਕੇ ਜਤਿੰਦਰ ਸਿੰਘ ਐਨਐਸਯੂਆਈ ਦੇ ਵਿੱਚ ਸ਼ਾਮਲ ਹੋ ਗਏ ਸਨ ਤੇ ਇਸੇ ਕਰਕੇ ਜਤਿੰਦਰ ਨੂੰ ਸ਼ਾਇਦ ਉਹਨਾਂ ਲੋਕਾਂ ਦੀਆਂ ਵੋਟਾਂ ਦਾ ਵੀ ਫਾਇਦਾ ਹੋਇਆ ਜੋ এবੀਵੀਪ ਦੇ ਵਿੱਚ ਜਤਿੰਦਰ ਦੇ ਸਮਰਥਕ ਸਨ ਮੀਤ ਪ੍ਰਧਾਨ ਚੁਣੀ ਜਾਣ ਵਾਲੀ ਸਾਥ ਵਿਦਿਆਰਥੀ ਜਥੇਬੰਦੀ ਦੀ ਰਣਮੀਕ ਜੋਤ ਕੌਰ ਹੁਣ ਵਿਦਿਆਰਥੀਆਂ ਦੀ ਭਲਾਈ ਲਈ ਕੀ ਆਪਣੀ ਪਾਰਟੀ ਦੇ ਸਿਧਾਂਤਾਂ ਨੂੰ ਮੂਹਰੇ ਲੈ ਕੇ ਚੱਲੇਗੀ ਇਹ ਸਵਾਲ ਜਾਣਨ ਦੇ ਲਈ ਸਾਡੀ ਸਹਿਯੋਗੀ ਨਵਜੋਤ ਕੌਰ ਨੇ ਖਾਸ ਗੱਲਬਾਤ ਕੀਤੀ ਕਿਹਾ ਸੀਗਾ ਕਿ ਮੈਂ ਆਪਣੇ ਆਪ ਨੂੰ ਤਪਾਉਣਾ ਚਾਹੁੰਦੀ ਆ ਕਿਉਂਕਿ ਕਹਿੰਦੇ ਆ ਜਦੋਂ ਸੋਨਾ ਜਿੰਨਾ ਤਪਦਾ ਨਾ ਉਨਾ ਹੀ ਨਿਖਰ ਕੇ ਆਉਂਦਾ ਹੈ ਤਾਂ ਜਿੰਨੀ ਦੇਰ ਤੱਕ ਯੂਨੀਵਰਸਿਟੀ ਚਾ ਨਾ ਜਿੰਦੇ ਤੱਕ ਮੇਰਾ ਹਲੇ ਅੱਗੇ ਮਤਲਬ ਹਲੇ ਮੈਂ ਆਈ ਨਹੀਂ ਕਿਸੇ এমਪਲੋਇਮੈਂਟ ਸੈਕਟਰ ਦੇ ਵਿੱਚ ਆਈ ਨਹੀਂ ਤਾਂ ਜਿੰਨੀ ਦੇਰ ਤੱਕ ਇੱਥੇ ਹਾਂ ਸਟੱਡੀ ਕਰ ਰਹੀਆਂ ਤਪਉਣਾ ਹੈ ਚੰਗੀ ਤਰ੍ਹਾਂ ਰਗੜਾਉਣਾ ਹੈ ਕਿ ਜਦੋਂ ਮੈਂ ਇਥੋਂ ਦੀ ਬਾਹਰ ਨਿਕਲਾਂ ਤਾਂ ਮੈਨੂੰ ਰਿਗਰਟ ਨਾ ਹੋਵੇ ਕਿ ਮੈਂ ਕੁਝ ਕੀਤਾ ਨਹੀਂ ਪਟਿਆਲਾ ਤੋਂ ਖਬਰ ਹੈ ਜਿੱਥੇ ਬੇਰੁਜ਼ਗਾਰ ਅਪਰੈਂਟਿਸਸ਼ਿਪ ਸੰਘਰਸ਼ ਲਾਈਨਮੈਨ ਯੂਨੀਅਨ ਪੰਜਾਬ ਦੇ ਮੈਂਬਰ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਹੁਣ ਪਟਿਆਲਾ ਚ ਸ਼ਕਤੀ ਵਿਹਾਰ ਨੇੜੇ ਬਿਜਲੀ ਟਾਵਰ ਤੇ ਚੜ ਗਏ ਨੇ ਉਹਨਾਂ ਦੇ ਕਈ ਸਾਥੀ ਟਾਵਰ ਦੇ ਹੇਠਾਂ ਦਰਨਾ ਦੇ ਰਹੇ ਨੇ ਇਸ ਮੌਕੇ ਇਹਨਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੇ ਖਿਲਾਫ ਨਾਰੇਬਾਜ਼ੀ ਕੀਤੀ ਬੀਤੇ ਦਿਨੀ ਇਹਨਾਂ ਨੇ ਮਾਲ ਰੋਡ ਸਥਿਤ ਪਾਵਰਕਾਮ ਦੇ ਹੈੱਡਕੁਆਰਟਰ ਸਾਹਮਣੇ ਦਰਨਾ ਦਿੱਤਾ ਸੀ ਪਰ ਪੁਲਿਸ ਨੇ ਲਾਠੀ ਚਾਰਜ ਕਰਕੇ ਇਹਨਾਂ ਨੂੰ ਖਦੇੜ ਦਿੱਤਾ ਦੇ ਵਿੱਚ ਤਰਨਾ ਦੇਣ ਦਾ ਐਲਾਨ ਕੀਤਾ ਹੈ ਪੰਜਾਬ ਭਰ ਦੇ 18500 ਡਿੱਪੂ ਹੋਲਡਰ ਇੱਥੇ ਮੁਜ਼ਾਰਾ ਕਰਨ ਦੇ ਲਈ ਪਹੁੰਚਣਗੇ ਡਿੱਪੂ ਹੋਲਡਰਾਂ ਦੇ ਵੱਲੋਂ ਡਿੱਪੂ ਖਤਮ ਕਰਨ ਦੀ ਕਵਾਇਦ ਦਾ ਇਲਜ਼ਾਮ ਸਰਕਾਰ ਤੇ ਲਾਉਂਦਿਆਂ ਹੋਇਆਂ ਇਹ ਰੋਸ ਮੁਜ਼ਾਰਾ ਕਰਨ ਦਾ ਐਲਾਨ ਕੀਤਾ ਹੈ ਦਰਸਲ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਘਰ-ਘਰ ਰਾਸ਼ਨ ਪਹੁੰਚਾਉਣ ਦੀ ਜਿਹੜੀ ਸਕੀਮ ਜਿਹੜੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਸ਼ੁਰੂ ਹਲੇ ਤੱਕ ਨਹੀਂ ਹੋ ਸਕੀ ਉਸ ਦੇ ਵਿਰੋਧ ਦੇ ਵਿੱਚ ਇਹ ਤਰਨਾ ਦੇਣ ਦਾ ਐਲਾਨ ਕੀਤਾ ਹੈ ਸੈਕਟਰ 39 ਦੇ ਅਨਾਜ ਭਵਨ ਦੇ ਵਿੱਚ ਇਹ ਤਰਨਾ ਦੇ ਜਾਊਗਾ ਇਸ ਨੂੰ ਪੱਕੇ ਤੌਰ ਤੇ ਵੀ ਲਾਇਆ ਜਾ ਸਕਦਾ ਹੈ ਜੇ ਸਰਕਾਰ ਇਹਨਾਂ ਦੀ ਮੰਗਾਂ ਨਹੀਂ ਮੰਨਦੀ ਮਾਰਕਫੈੱਡ ਦੇ ذریعے ਆਟਾ ਵੰਡਣ ਦੀ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਇਹਨਾਂ ਦੀ ਮੰਗ ਹੈ ਕਿ ਸਰਕਾਰ ਡਿਪੂਆਂ ਨੂੰ ਖਤਮ ਨਾ ਕਰੇ ਜੇ ਡਿਪੂ ਖਤਮ ਹੋ ਗਏ ਤਾਂ ਲੋਕਾਂ ਨੂੰ ਮੁਸ਼ਕਲ ਆਏਗੀ ਜਲੰਧਰ ਵਿੱਚ ਦਰਿਆ 'ਚ ਛਾਲ ਮਾਰਨ ਵਾਲੇ ਦੋ ਸੱਕੇ ਭਰਾਵਾਂ ਦੇ ਮਾਮਲੇ ਵਿੱਚ ਬਰਖਾਸਤ ਐਸ ਐਚਓ ਨਵਦੀਪ ਸਿੰਘ ਦੀ ਪਤਨੀ ਹੁਣ ਸਾਹਮਣੇ ਆਈ ਹੈ ਉਸਨੇ ਆਪਣੇ ਪਤੀ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਸਿਆਸੀ ਲੀਡਰਾਂ ਨੇ ਆਪਣੇ ਮਾਮਲੇ ਆਪਣੇ ਫਾਇਦੇ ਲਈ ਇਸ ਮਾਮਲੇ ਨੂੰ ਪਖਾਇਆ ਤੇ ਕਿਹਾ ਕਿ ਐਸ ਐਚ ਯਾਨੀ ਕਿ ਉਸ ਦਾ ਪਤੀ ਨਵਦੀਪ ਸਿੰਘ ਤਾਂ ਕਦੇ ਜਸ਼ਨਵੀਰ ਨੂੰ ਮਿਲਿਆ ਹੀ ਨਹੀਂ ਉਨਾ ਇਹ ਵੀ ਕਿਹਾ ਕਿ ਵੱਡਾ ਆਪਣਾ ਭਰਾ ਮਾਨਵਜੀਤ ਸਿੰਘ ਇੱਕ ਧਿਰ ਵੱਲੋਂ ਥਾਣੇ ਆਇਆ ਸੀ ਇਲਜ਼ਾਮ ਲਾਏ ਕਿ ਮਾਨਵਜੀਤ ਨੇ ਥਾਣੇ ਦੇ ਛੋਟੇ ਮੁਲਾਜ਼ਮਾ ਨਾਲ ਬਦਤਮੀਜ਼ੀ ਕੀਤੀ ਤੇ ਕਿਹਾ ਕਿ ਵਿਭਾਗ ਦੀ ਕਾਰਵਾਈ ਖਿਲਾਫ ਕੋਰਟ ਜਾਵਾਂਗੇ ਪਤਨੀ ਨੇ ਇਹ ਵੀ ਇਲਜ਼ਾਮ ਲਾਏ ਕਿ ਮਾਨਵਜੀਤ ਸਿੰਘ ਨੇ ਥਾਣੇ ਵਿੱਚ ਛੋਟੇ ਪੁਲਿਸ ਮੁਲਾਜ਼ਮਾ ਨਾਲ ਬਦਤਮੀਜ਼ੀ ਕੀਤੀ ਅਤੇ ਪਤਨੀ ਨੇ ਸਪਸ਼ਟ ਕੀਤਾ ਕਿ ਪੁਲਿਸ ਵਿਭਾਗ ਦੀ ਕਾਰਵਾਈ ਦੇ ਖਿਲਾਫ ਅਸੀਂ ਅਦਾਲਤ ਵਿੱਚ ਜਾਵਾਂਗੇ ਅਤੇ ਦਾਵਾ ਕੀਤਾ ਕਿ ਉਸਦੇ ਪਤੀ ਨੂੰ ਤਾਂ ਵਧੀਆ ਸਰਵਿਸ ਦੇ ਲਈ ਸੀਐਮ ਵੀ ਸਨਮਾਨਿਤ ਕਰ ਚੁੱਕੇ ਨੇ ਇਸੇ ਦਰਮਿਆਨ ਇੱਕ ਉਹ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵਿਖਿਆ ਜਾ ਸਕਦਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਐਸਐਚਓ ਨਵਦੀਪ ਸਿੰਘ ਉਹੀ ਐਸਐਚਓ ਨੇ ਜਿਨ੍ਹਾਂ ਨੇ ਇੱਕ ਵਾਰੀ ਸਬਜੀ ਵੇਚਣ ਵਾਲੇ ਦੀ ਰੇੜੀ ਨੂੰ ਲੱਤ ਮਾਰ ਕੇ ਜਿਹੜਾ ਹੈਗਾ ਉਲਟਾ ਕਰ ਦਿੱਤਾ ਸੀ ਤੇ ਸਬਜੀ ਵੇਚਣ ਵਾਲੇ ਦਾ ਉਸ ਗਰੀਬ ਦਾ ਇੱਕ ਵੱਡਾ ਨੁਕਸਾਨ ਹੋਇਆ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਅਦਾਲਤ ਨੇ 2019 ਦੇ ਵਿੱਚ ਇੰਕਾਊਂਟਰ ਚ ਮਾਰੇ ਗਏ ਗੈਂਗਸਟਰ ਅੰਕਿਤ ਭਾਦੂ ਦੇ ਦੋ ਸਾਥੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ ਸਜ਼ਾ ਦੇ ਨਾਲ ਨਾਲ 20-20 ਹਜ਼ਾਰ ਦਾ ਜੁਰਮਾਨਾ ਵੀ ਲਾਇਆ ਹੈ ਅਦਾਲਤ ਨੇ ਜਰਮਨਜੀਤ ਸਿੰਘ ਉਰਫ ਬਲਵਾਨ ਅਤੇ ਰਿੰਦਰ ਸਿੰਘ ਉਰਫ ਗਿੰਦਾ ਨੂੰ ਆਰਮਜ਼ ਐਕਟ ਸਮੇਤ ਵੱਖ-ਵੱਖ ਧਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਹੈ 6 ਫਰਵਰੀ 2019 ਨੂੰ ਪੁਲਿਸ ਨੇ ਜ਼ਿਰਖਪੁਰ ਦੀ ਇੱਕ ਸੁਸਾਇਟੀ ਵਿੱਚ ਅੰਕਿਤ ਭਾਦੂ ਨਾਂ ਦੇ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਸੀ Rajasthan ਪੁਲਿਸ ਨੇ ਇਸ ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਇਸ ਮੁਕਾਬਲੇ ਦੌਰਾਨ ਇਹਨਾਂ ਦੋਵਾਂ ਗੈਂਗਸਟਰਾਂ ਨੇ ਆਤਮ ਸਮਰਪਣ ਕਰ ਦਿੱਤਾ ਸੀ ਗੈਂਗਸਟਰ ਅੰਕਿਤ ਭਾਦੂ ਦਾ ਜਨਮ ਅਬੋਧ ਦੇ ਇੱਕ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਕਾਲਜ ਵਿੱਚ ਪੜਾਉਂਦੇ ਉਹ ਲਾਰੈਂਸ ਬਿਸ਼ਨੋਈ ਤੋਂ ਪ੍ਰਭਾਵਿਤ ਹੋ ਕੇ ਅਪਰਾਧ ਦੀ ਦੁਨੀਆ ਵਿੱਚ ਸ਼ਾਮਲ ਹੋ ਗਿਆ ਸੀ ਉਸ ਦੇ ਖਿਲਾਫ ਕੁੱਲ 22 ਮਾਮਲੇ ਦਰਜ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਮੂਹਰੇ ਕਾਕਾ ਸਿੰਘ ਕੋਟੜਾ ਤੇ ਪੀੜਤ ਦਿਲਦਾਰ ਸਿੰਘ ਦਾ ਮਰਨ ਵਰਤ ਨੌਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਇਹਨਾਂ ਕਿਸਾਨਾਂ ਦਾ ਵਜ਼ਨ 7 ਕਿਲੋ ਘਟ ਗਿਆ ਮਰਨ ਵਰਤ ਕਰਕੇ 슈ਗਰ ਲੈਵਲ ਦਾ ਪੱਧਰ ਵੀ ਹੀਟਾਂ ਜਾ ਰਿਹਾ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਬਜਾਏ ਹੱਥ ਤੇ ਹੱਥ ਤਰੀ ਬੈਠੀ ਹੈ ਪ੍ਰਸ਼ਾਸਨ ਵੱਲੋਂ ਸਰਕਾਰ ਦੀ ਮਿਲਿਪੁਗਤ ਨਾਲਪੂ ਮਾਫੀਆ ਦੀ ਮਦਦ ਕਰਦੇ ਹੋਏ ਹਾਈ ਕੋਰਟ ਵਿੱਚ ਜਾ ਕੇ ਸੈਟ ਰੋਕ ਲਗਵਾਈ ਗਈ ਹੈ ਤਾਂ ਜੋ ਸਿੱਟ ਜਾਂਚ ਕਰਕੇ ਸੱਚ ਬਾਹਰ ਨਾ ਲੈ ਕੇ ਆਵੇ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਦੋਸ਼ੀਆਂ ਨੂੰ ਬਚਾਉਣ ਲਈ ਹਰ ਹੱਥ ਕੰਡਾ ਅਪਣਾਇਆ ਜਾ ਰਿਹਾ ਹੈ ਜਿਸ ਕਾਰਨ ਹੀ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਜਾ ਕੇ ਸੱਟ ਤੇ ਲਾਈ ਗਈ ਰੋਕ ਨੂੰ ਚੈਲੰਜ ਨਹੀਂ ਕੀਤਾ ਗਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 13 ਸਤੰਬਰ ਨੂੰ ਅੰਮ੍ਰਿਤਸਰ ਤੋਂ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਲਈ ਇੱਕ ਵੱਡੀ ਸ਼ੁਰੂਆਤ ਕਰਨ ਜਾ ਰਹੇ ਨੇ ਦਾ ਦਾਵਾ ਪੰਜਾਬ ਸਰਕਾਰ ਨੇ ਕੀਤਾ ਡੀਸੀ ਅਮਿਤ ਤਲਵਾਰ ਨੇ ਦੱਸਿਆ ਕਿ ਇਸ ਦਿਨ ਸਕੂਲਾਂ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਟਰਾਂਸਪੋਰਟ ਸੇਵਾਵਾਂ ਸਕੂਲਾਂ ਵਿੱਚ ਸੁਰੱਖਿ ਕਰਮਚਾਰੀ ਤੇ ਹੋਰ ਸੇਵਾਵਾਂ ਵੀ ਪੰਜਾਬ ਦੇ ਬੱਚਿਆਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ ਪ੍ਰੋਗਰਾਮ ਦੀਆਂ ਤਿਆਰੀਆਂ ਸੰਬੰਧੀ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀਸੀ ਤਲਵਾਰ ਨੇ ਦੱਸਿਆ ਕਿ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖਾਸ ਤੌਰ ਤੇ ਹਾਜ਼ਰ ਹੋਣਗੇ ਇਸ ਵਿੱਚ ਪੰਜਾਬ ਮੰਤਰੀ ਮੰਡਲ ਦੇ ਸਾਰੇ ਮੰਤਰੀ ਵਿਧਾਇਕ ਤੇ ਹੋਰ ਲੀਡਰ ਵੀ ਮੌਜੂਦ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਛੇਟਾ ਸਾਹ ਵਿਖੇ ਸਕੂਲ ਆਫ ਐਮਿਨੈਂਸ ਦਾ ਦੌਰਾ ਵੀ ਕੀਤਾ ਜਾਵੇਗਾ ਇਸ ਸਮਾਗਮ ਦੇ ਵਿੱਚ 40 ਤੋਂ 50 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਤੇ ਇਸ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਾਰੇ ਪ੍ਰਬੰਧ ਕੀਤੇ ਜਾਣਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਬੁੱਧਵਾਰ ਦੀ ਰਾਤ ਨੂੰ ਦੇਵ ਵਪਾਰ ਦੋ ਕੁੜੀਆਂ ਨੂੰ ਇੱਕ ਨਿਹੰਗ ਸਿੰਘ ਨੇ ਰੰਗੇ ਹੱਥੀ ਫੜਿਆ ਉਹਨਾਂ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਹੋਟਲਾਂ ਦੇ ਵਿੱਚ ਦੇਵਪਾਰ ਦਾ ਧੰਦਾ ਸ਼ਰਿਆਮ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਇਸੇ ਲਈ ਦੋ ਕੁੜੀਆਂ ਨੂੰ ਰੱਗੇ ਹੱਥੀ ਫੜਿਆ ਗਿਆ ਹਾਲਾਂਕਿ ਇਹਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਪਰ ਕਈ ਲੋਕ ਕਹਿ ਰਹੇ ਨੇ ਕਿ ਪੁਲਿਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਸੀ ਨਯੰਗ ਸਿੰਘ ਦੇ ਨਾਲ ਕੁਝ ਹੋਰ ਲੋਕ ਵੀ ਇਸ ਮੁਹਿੰਮ ਦੇ ਵਿੱਚ ਸ਼ਾਮਲ ਸਨ ਲੜਕੀ ਦੇਖਣ ਦੇ ਵਿੱਚ ਨਾਬਾਲਗ ਲੱਗ ਰਹੀ ਸੀ ਉਸਨੇ ਕਾਫੀ ਨਸ਼ਾ ਵੀ ਕੀਤਾ ਹੋਇਆ ਸੀ ਕੁੜੀ ਨੇ ਆਪ ਦੱਸਿਆ ਕਿ ਉਹ ਇਸ ਧੰਦੇ ਨਾਲ ਜੁੜੀ ਹੋਈ ਹੈ ਜਿਹੜਾ ਸ਼ਖਸ ਉਹਨਾਂ ਨੂੰ ਇੱਥੇ ਲੈ ਕੇ ਆਇਆ ਉਸਨੇ ਦਾਵਾ ਇਹਦਾ ਸੀ ਕਿ ਉਹਦੇ ਕੋਲੇ ਗਾਇਕਾਂ ਦੀ ਲਾਈਨ ਲੱਗੀ ਹੋਈ ਆ ਉਹਨਾਂ ਨੂੰ ਬਹੁਤ ਫਾਇਦਾ ਮਿਲੇਗਾ ਸੋ ਬਹੁਤ ਹੀ ਸ਼ਰਮਨਾਕ ਇੱਕ ਗੱਲ ਹੈ ਕਿ ਸੱਚਕਣ ਸ੍ਰੀ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਹੋਟਲ ਬਣੇ ਹੋਏ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਧੰਦਾ ਚੱਲ ਰਿਹਾ ਹੈ ਪੰਜਾਬ ਦੇ ਦੋ ਸਰਕਾਰੀ ਸਕੂਲਾਂ ਤੋਂ ਦੋ ਵੱਖ-ਵੱਖ ਖਬਰਾਂ ਆਈਆਂ ਨੇ ਪਹਿਲੀ ਖਬਰ ਫਾਜ਼ਿਲਕਾ ਤੋਂ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਅਬੋਰ ਦੀ ਢਾਣੀ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਬੱਚੇ ਨੂੰ ਥੱਪੜ ਮਾਰਨ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨੇ ਈਟੀਟੀ ਅਧਿਆਪਕ ਰਾਕੇਸ਼ ਨਾਰੰਗ ਨੂੰ ਮੁਅਤਲ ਕਰ ਦਿੱਤਾ ਪਰ ਇਸ ਕਹਾਣੀ ਦੇ ਵਿੱਚ ਮੋੜ ਉਦੋਂ ਆਉਂਦਾ ਜਦੋਂ ਬੱਚੇ ਦੇ ਪਿਤਾ ਪੀੜਿਤ ਬੱਚੇ ਦੇ ਪਿਤਾ ਆ ਕੇ ਕਹਿੰਦੇ ਨੇ ਕਿ ਅਧਿਆਪਕ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਨੇ ਖੁਦ ਆਪਣੇ ਬੱਚੇ ਨੂੰ ਸਬਕ ਸਿਖਾਉਣ ਲਈ ਅਧਿਆਪਕ ਤੋਂ ਕੁਟਵਾਇਆ ਸੀ ਤੇ ਬੱਚਾ اسی ਅਧਿਆਪਕ ਤੋਂ ਲੋਟ ਆਉਂਦਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦੇ ਜਾਰੀ ਹੁਕਮਾਂ ਮੁਤਾਬਿਕ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਜੀਤਾ ਸਿੰਘ ਦੇ ਅਧਿਆਪਕ ਰਾਕੇਸ਼ ਨਾਰੰਗ ਤੇ ਅਣਮਨੁੱਖੀ ਵਤੀਰਾ ਅਪਣਾਉਣ ਤੇ ਡਿਊਟੀ ਵਿੱਚ ਕੁਤਾਹੀ ਵਰਤਨ ਕਰਕੇ ਉਹਨਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਉਧਰ ਢਾਣੀ ਕਿੜਾਕਾ ਸਿੰਘ ਦੇ ਤੀਜੀ ਜਮਾਤ ਦੇ ਬੱਚੇ ਦੇ ਪਿਤਾ ਕ੍ਰਿਸ਼ਨ ਸਿੰਘ ਨੇ ਉਹਨਾਂ ਦਾ ਬੱਚਾ ਨਾ ਤਾਂ ਘਰ ਚ ਕਿਸੇ ਦੀ ਗੱਲ ਮੰਨਦਾ ਹੈ ਨਾ ਸਕੂਲ ਦਾ ਕੰਮ ਕਰਦਾ ਹੈ ਇੱਥੋਂ ਤੱਕ ਕਿ ਘਰ ਦੇ ਸਾਰੇ ਜੀਆਂ ਨੂੰ ਗਾਲ੍ਹਾਂ ਕੱਢਦਾ ਰਹਿੰਦਾ ਹੈ ਬੱਚੇ ਨੂੰ ਸੁਧਾਰਨ ਲਈ ਉਸਨੇ ਆਪ ਹੀ ਸਕੂਲ ਮਾਸਟਰ ਨੂੰ ਸ਼ਿਕਾਇਤ ਕੀਤੀ ਸੀ ਤੇ ਅਧਿਆਪਕ ਨੇ ਬੱਚੇ ਦੇ ਬੱਚੇ ਨੂੰ ਥੱਪੜ ਉਹਦੇ ਸਾਹਮਣੇ ਹੀ ਮਾਰਿਆ ਹੈ ਕ੍ਰਿਸ਼ਨ ਸਿੰਘ ਦਾ ਕਹਿਣਾ ਕਿ ਅਧਿਆਪਕ ਦਾ ਕੋਈ ਕਸੂਰ ਨਹੀਂ ਹੈ ਨਾ ਹੀ ਉਹ ਕਹਿੰਦੇ ਅਧਿਆਪਕ ਦੇ ਵਿਰੁੱਧ ਕਿਸੇ ਵੀ ਕਾਰਵਾਈ ਦੀ ਸ਼ਿਕਾਇਤ ਦੇਵੇਗਾ ਪਿਤਾ ਨੇ ਅਧਿਆਪਕ ਦੇ ਹੱਕ ਵਿੱਚ ਖੜੇ ਹੋਣ ਦਾ ਬਿਆਨ ਦਿੱਤਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਬੱਚਾ ਸਿਰਫ ਇਸ ਅਧਿਆਪਕ ਤੋਂ ਡਰਦਾ ਹੈ ਹੋਰ ਕਿਸੇ ਤੋਂ ਨਹੀਂ ਡਰਦਾ ਇਸ ਦੌਰਾਨ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਕਾਰਵਾਈ ਉਸ ਤੋਂ ਬਾਅਦ ਹੀ ਕੀਤੀ ਜਾਵੇਗੀ ਪਰ ਹਾਲ ਦੀ ਘੜੀ ਟੀਚਰ ਨੂੰ ਸਸਪੈਂਡ ਕਰ ਦਿੱਤਾ ਹੈ ਜਿਹੜਾ ਵੀਡੀਓ ਸਾਹਮਣੇ ਆਇਆ ਉਹਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਅਧਿਆਪਕ ਬੱਚੇ ਨੂੰ ਤੀਜੀ ਕਲਾਸ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ ਹੱਥ ਵਿੱਚ ਮੋਟਾ ਪੀਲੇ ਰੰਗ ਦਾ ਡੰਡਾ ਹੈ ਉਹ ਬੱਚੇ ਨੂੰ ਫੜਦਾ ਹੈ ਕੁੱਟਮਾਰ ਕਰਦਾ ਹੈ ਬੱਚੇ ਦੇ ਚਿਲਾਉਣ ਦੀ ਆਵਾਜ਼ ਵੀਡੀਓ ਦੇ ਵਿੱਚ ਕੈਦ ਹੋਈ ਹੈ ਬੱਚਾ ਨਾ ਮਾਰੋ ਨਾ ਮਾਰੋ ਵੀ ਕਹਿੰਦਾ ਹੈ ਫਿਰ ਅਧਿਆਪਕ ਉਹਦੇ ਵਾਲ ਤੱਕ ਫੜ ਲੈਂਦਾ ਚਪੇੜਾ ਮਾਰਨੀ ਸ਼ੁਰੂ ਕਰ ਦਿੰਦਾ ਬੱਚਾ ਰੋਂਦਾ ਪਰ ਮਾਸਟਰ ਨਹੀਂ ਰੁਕਦਾ ਸੋ ਪਰ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਬੱਚੇ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਉਹ ਹੈਰਾਨ ਕਰਨ ਵਾਲਾ ਦੂਸਰੀ ਖਬਰ ਜਲਾਲਾਬਾਦ ਤੋਂ ਹੈ ਜਿੱਥੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਇੱਕ ਸਰਕਾਰੀ ਸਕੂਲ ਦੀ ਪਿੰਡ ਵਾਲਿਆਂ ਨੇ ਵੀਡੀਓ ਨਸ਼ਰ ਕੀਤੀ ਹੈ ਇਸ ਵੀਡੀਓ ਦੇ ਜ਼ਰੀਏ ਪਿੰਡ ਵਾਲਿਆਂ ਨੇ ਦਾਵਾ ਕੀਤਾ ਕਿ ਪ੍ਰਿੰਸੀਪਲ ਪਿਛਲੇ 1 ਮਹੀਨੇ ਤੋਂ ਸਮੇਂ ਤੇ ਸਕੂਲ ਨਹੀਂ ਆਉਦੀ 8 ਵਜੇ ਸਕੂਲ ਲੱਗਦਾ ਕਦੇ 8:20 ਤੇ ਕਦੇ 8:30 ਕਦੇ ਕਿੰਨੇ ਵਜੇ ਕਦੇ ਕਿੰਨੇ ਵਜੇ ਤੇ ਇਹ ਪਿੰਡ ਵਾਸੀਆਂ ਨੇ ਜਿਹੜਾ ਹੈਗਾ ਰਿਕਾਰਡ ਕੀਤਾ ਹੈ ਸਬੂਤ ਵਜੋਂ ਇਸ ਨੂੰ ਰਿਕਾਰਡ ਕੀਤਾ ਹੈ ਸੋ ਪੰਜਾਬ ਦੇ ਸਰਕਾਰੀ ਸਕੂਲਾਂ ਤੋਂ ਸਾਹਮਣੇ ਆਈਆਂ ਇਹ ਦੋ ਤਸਵੀਰਾਂ ਪੰਜਾਬ ਸਰਕਾਰ ਤੱਕ ਜ਼ਰੂਰ ਪਹੁੰਚ ਗਈਆਂ ਹੋਣਗੀਆਂ ਮਾਨ ਸਰਕਾਰ ਵਾਰੀ ਵਾਰੀ ਸਕੂਲਾਂ ਤੇ ਫੋਕਸ ਕਰਨ ਦਾ ਦਾਅਵਾ ਜ਼ਰੂਰ ਕਰਦੀ ਹੈ ਪਰ ਇੱਥੇ ਕਿਹੜੀਆਂ ਗੱਲਾਂ ਦੀ ਕਮੀ ਰਹਿ ਰਹੀ ਹੈ ਨਿਯਾਸਨ ਦੇ ਵਿੱਚ ਉੱਤੇ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਸ਼ੇ ਦੀ ਵਿਕਰੀ ਉਸੇ ਤਰ੍ਹਾਂ ਜਾਰੀ ਹੈ ਖਾਸ ਕਰਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਇੱਕ ਇਲਾਕੇ ਦੇ ਵਿੱਚ ਤਾਂ ਹادثੀ ਹੋਈ ਪਈ ਹੈ ਹੁਣ ਸਰਦੀ ਇਲਾਕੇ ਲੋਪੋਕੇ ਦੀ ਵੀਡੀਓ ਸਾਹਮਣੇ ਆਈ ਹੈ ਵੱਡੀ ਗਿਣਤੀ ਵਿੱਚ ਇੱਥੇ ਨਸ਼ੇ ਦੇ ਗਾਹਕ ਦਿਖਾਈ ਦੇ ਰਹੇ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਮਨ ਸਰ ਦੇ ਹਾਤੀ ਪੁਲਿਸ ਹਰਕਤ ਦੇ ਵਿੱਚ ਆਈ ਹੈ ਪਰ ਸਵਾਲ ਇਹ ਉੱਠਦਾ ਕਿ ਹਰ ਵੇਲੇ ਪੁਲਿਸ ਹਰਕਤ ਦੇ ਵਿੱਚ ਕਿਉਂ ਨਹੀਂ ਰਹਿੰਦੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਉਦੋਂ ਹੀ ਕਿਉਂ ਪੁਲਿਸ ਨੀਂਦ ਵਿੱਚੋਂ ਜਾਗਦੀ ਹੈ ਪਰ ਫਿਰ ਵੀ ਕੋਈ ਮਿਸਾਲੀ ਕਾਰਵਾਈ ਕਦੇ ਦੇਖੀ ਨਹੀਂ ਦੋ ਮੱਖ ਵੱਖ ਮਾਮਲਿਆਂ ਦੇ ਵਿੱਚ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਤਾਂ ਜ਼ਰੂਰ ਕਰ ਲਿਆ ਇਹਨਾਂ ਕੋਲੋਂ 3.5 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ ਵਾਇਰਲ ਵੀਡੀਓ ਬਣਾਉਣ ਵਾਲੇ ਲੋਕ ਥਾਣਾ ਲੋਪ गांवਾਂ ਦੇ ਰਹਿਣ ਵਾਲੇ ਨੇ ਇਹਨਾਂ ਨੇ ਹੀ ਵੀਡੀਓ ਨੂੰ ਵਾਇਰਲ ਕਰਕੇ ਇਸ ਇਸ ਜਿਹੜੀ ਕਿਨੌਣੀਆਂ ਕਾਰਵਾਈਆਂ ਚੱਲ ਰਹੀਆਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਚੁੱਕੀ ਉਧਰ ਪੰਜਾਬੀ ਅਦਾਕਾਰ ਗੱਗੂ ਗਿੱਲ ਵੀ ਹੁਣ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਚਿੱਟੇ ਦੇ ਨਸ਼ੇ ਨੇ ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਸਫੇਦ ਕਰ ਦਿੱਤੀਆਂ ਨੇ ਇਸ ਤੋਂ ਬਚਣਾ ਜ਼ਰੂਰੀ ਹੈ ਤੇ ਸਰਕਾਰ ਜਾਂ ਪੁਲਿਸ ਇਕੱਲੀ ਨਹੀਂ ਲੜ ਸਕਦੀ ਤੁਹਾਡੇ ਸਾਥ ਦੀ ਵੀ ਲੋੜ ਹੈ ਕਪੂਰਥਲਾ ਦੇ ਵਿੱਚ ਦੇਰ ਸ਼ਾਮ ਚੌਕ ਜਲੋਖਾਨਾ ਦੇ ਵਿੱਚ ਸ਼ਰਾਬ ਵੇਚਣਾ ਇੱਕ ਨੌਜਵਾਨ ਨੇ ਸ਼ਰਾਬ ਦੇ ਠੇਕੇਦਾਰਾਂ ਤੇ ਹੀ ਗੋਲੀਆਂ ਚਲਾ ਦਿੱਤੀਆਂ ਪੁਲਿਸ ਮੌਕੇ ਤੇ ਪਹੁੰਚ ਗਈ ਮੁਲਜ਼ਮ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਖਰਚਿਆਂ ਨੂੰ ਲੈ ਕੇ ਆਰਟੀਆਈ ਦੇ ਵਿੱਚ ਇੱਕ ਖੁਲਾਸਾ ਹੋਇਆ ਹੈ ਕਿ ਕੁਲਤਾਰ ਸਿੰਘ ਸੰਧਵਾ ਦੀ ਦੇਸ਼ ਵਿਦੇਸ਼ ਦੀ ਯਾਤਰਾ ਤੇ ਪੰਜਾਬ ਦੇ ਖਜ਼ਾਨੇ ਚੋਂ 20 ਲੱਖ ਰੁਪਏ ਦੇ ਕਰੀਬ ਖਰਚਾ ਹੋਇਆ ਹੈ ਆਰਟੀਆਈ ਐਕਟਿਵਿਸਟ ਰਾਜਨਦੀਪ ਸਿੰਘ ਨੇ ਜਾਣਕਾਰੀ ਮੰਗੀ ਸੀ ਕੁਲਤਾਰ ਸਿੰਘ ਸੰਧਵਾ ਨੇ ਘਰੇਲੂ ਯਾਤਰਾ ਤੇ 7,50,678 ਰੁਪਏ ਖਰਚ ਕੀਤੇ ਨੇ ਵਿਦੇਸ਼ੀ ਯਾਤਰਾ ਤੇ 12,77,756 ਰੁਪਏ ਖਰਚ ਕੀਤੇ ਨੇ ਹਾਲਾਂਕਿ ਭੱਤੇ ਕੱਢ ਕੇ ਸਪੀਕਰ ਦੀ ਤਨਖਾਹ 50,000 ਰੁਪਏ ਪ੍ਰਤੀ ਮਹੀਨਾ ਹੈ ਜੇ ਅਲਾਉਂਸ ਜੋੜ ਦਈਏ ਤਾਂ ਜੋੜ ਦਈਏ ਤਾਂ ਤਨਖਾਹ 1 ਲੱਖ 10 ਹਜ਼ਾਰ ਹੋ ਜਾਂਦੀ ਹੈ ਪੰਜਾਬ ਵਿਜੀਲੈਂਸ ਦੀ ਰਡਾਰ ਤੇ ਹੁਣ ਚੱਬੇਵਾਲ ਤੋਂ ਕਾਂਗਰਸ ਵਿਧਾਇਕ ਰਾਜਕੁਮਾਰ ਚੱਬੇਵਾਲ ਵੀ ਆ ਗਏ ਨੇ ਉਹਨਾਂ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੂੰ ਕਥੇ ਰਿਸ਼ਵਤ ਦੇਣ ਦਾ ਇਲਜ਼ਾਮ ਹੈ ਰਾਜਕੁਮਾਰ ਜ਼ਿਲ੍ਹਾ ਹੁਸ਼ਿਆਰਪੁਰ ਚੰਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸ ਦੀ ਟਿਕਟ ਤੇ ਜਿੱਤ ਕੇ ਆਏ ਨੇ ਤੇ ਹੁਣ ਇਸ ਰਿਸ਼ਵਤ ਕਾਣ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਕਰ ਰਹੀ ਹੈ ਦੱਸਿਆ ਜਾ ਰਿਹਾ ਕਿ ਰਾਜਕੁਮਾਰ ਨੇ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਅੰਦਰ ਤਕਰੀਬਨ 4600 ਦੇ ਕਰੀਬ ਐਸਸੀ ਐਸਟੀ ਤੇ ਗਰੀਬੀ ਰੇਖਾ ਤੋਂ ਹੇਠਾਂ ਆਣ ਦੇ ਪਰਿਵਾਰਾਂ ਨੂੰ ਘਰਾਂ ਦੀ ਮੁਰੰਮਤ ਕਰਵਾਉਣ ਲਈ ਲਗਭਗ 100 ਪਿੰਡਾਂ ਦੇ ਵਿੱਚ ਸੈਕਸ਼ਨ ਲੈਟਰ ਤਿਆਰ ਕਰਕੇ ਵੰਡੇ ਤੇ ਸੈਕਸ਼ਨ ਲੈਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਵੰਡੇ ਗਏ ਚੋਣਾਂ ਤੋਂ ਬਾਅਦ ਪਤਾ ਲੱਗਿਆ ਕਿ ਸਾਰੇ ਸੈਕਸ਼ਨ ਲੈਟਰ ਝਾਲੀ ਸਨ ਪੰਜਾਬ ਬੀਜੇਪੀ ਦਾ ਪ੍ਰਧਾਨ ਬਣ ਤੋਂ ਬਾਅਦ ਸੁਨੀਲ ਜਾਖੜ ਨੇ ਅਨਸ਼ਾਸਨਹੀਣਤਾ ਤੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਜਾਖੜ ਨੇ ਗੜਸ਼ੰਕਰ ਹੁਸ਼ਿਆਰਪ ਕੀ ਕਰਦੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ ਦਰਅਸਲ ਇਨ੍ਹਾਂ ਆਗੂਆਂ ਨੂੰ ਪਾਰਟੀ ਦੇ ਸੀਨੀਅਰ ਲੀਡਰਾਂ ਖਿਲਾਫ ਬੋਲਣ ਦੀ ਸਜ਼ਾ ਦਿੱਤੀ ਗਈ ਹੈ ਇਹਨਾਂ ਦੇ ਨਾਮ ਨੇ ਨਿਮੇਸ਼ਾ ਮਹਿਤਾ ਦਲਵਿੰਦਰ ਸਿੰਘ ਢਿੱਲੋਂ ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਚਾਰੇ ਲੀਡਰ ਹੁਸ਼ਿਆਰਪੁਰ ਦੇ ਗੜ ਸ਼ੰਕਰ ਦੇ ਰਹਿਣ ਵਾਲੇ ਨੇ ਤਰਨਤਾਰਨ ਦੇ ਪੱਟੀ ਹਲਕੇ ਤੋਂ ਦਰਦਨਾਕ ਖਬਰ ਮਿਲੀ ਹੈ ਪਿੰਡ ਲੋਕਾ ਤੋਂ 5 ਸਾਲ ਦੇ ਬੱਚੇ ਦੀ ਜਾਨ ਚਲੀ ਗਈ ਹੈ ਮ੍ਰਿਤਕ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁੱਤਰ ਦੀ ਜਾਨ ਟਰੱਕ ਖੇਠਾਂ ਆਉਣ ਨਾਲ ਹੋਈ ਹੈ ਜਦੋਂ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਪਰਤ ਰਿਹਾ ਸੀ ਘਰ ਵਾਲਿਆਂ ਨੂੰ ਇਤਲਾਹ ਦਿੱਤੀ ਗਈ ਕਿ ਵੈਨ ਜਦੋਂ ਲੋਕੇ ਪਹੁੰਚੇ ਤਾਂ ਤਰਨਤਾਰਨ ਵਾਲੇ ਪਾਸੇ ਇੱਕ ਟਰੱਕ ਲੰਘ ਰਿਹਾ ਸੀ ਜਿਸ ਨੇ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੰਨਾ ਭਿਆਨਕ ਹਾਦਸਾ ਸੀ ਕਿ ਬੱਚੇ ਦੀ ਮੌਕੇ ਤੇ ਹੀ ਜਾਨ ਨਿਕਲ ਗਈ ਟਰੱਕ ਡਰਾਈਵਰ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਦੀ ਲਾਪਰਵਾਹੀ ਕਰਕੇ ਹਾਦਸਾ ਹੋਇਆ ਬਠਿੰਡਾ ਦੇ ਮਾਡਲ ਟਾਊਨ ਫੇਜ਼ 11 ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਦੀ ਗੋਲੀਆਂ ਚੱਲਣ ਕਾਰਨ ਜਾਨ ਚਲੀ ਗਈ ਹੈ ਪੁਲਿਸ ਇੰਸਪੈਕਟਰ ਦੀ ਦੇ ਉਸ ਦੀ ਕਾਰ ਚੋਬਰਾਮਦ ਹੋਈ ਹੈ ਹਾਦਸਾ ਸੀ ਜਾਂ ਕੁਝ ਹੋਰ ਸੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਇਨਸਪੈਕਟਰ ਦੀ ਪਛਾਣ ਰਣਤੇਰ ਸਿੰਘ ਭੁੱਲਰ ਵਜੋਂ ਹੋਈ ਹੈ ਰਣਤੇਰ ਸਿੰਘ ਜਗਰਾਉਂ ਦੇ ਵਿੱਚ ਇਸ ਵਕਤ ਤੈਨਾਤ ਸੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਅਲਰਟ ਕਰ ਦਿੱਤਾ ਗਿਆ ਬਠਿੰਡਾ ਪੁਲਿਸ ਜਾਂਚ ਲਈ ਮੌਕੇ ਤੇ ਪਹੁੰਚੀ ਦੇ ਨੂੰ ਕਬਜ਼ੇ ਵਿੱਚ ਲੈ ਕੇ ਭੇਜ ਦਿੱਤਾ ਗਿਆ ਹਸਪਤਾਲ ਫੋਰੈਂਸਿਕ ਟੀਮ ਵੀ ਜਾਂਚ ਲਈ ਮੌਕੇ ਤੇ ਪਹੁੰਚ ਗਈ ਪੁਲੇਟਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਗੋਆ ਤੋਂ ਪਹਿਲੀ ਖਬਰ ਹੈ ਜਿੱਥੇ ਪੋਰ ਵੋਰਮ ਦੇ ਵਿੱਚ ਸੁਨਾਮੀ ਚਤਾਵਨੀ ਪ੍ਰਣਾਲੀ ਤੋਂ ਸੁਨਾਮੀ ਚਤਾਵਨੀ ਵਾਲਾ ਘੁੱਗੂ ਗਲਤੀ ਨਾਲ ਵੱਜ ਗਿਆ ਯਾਨੀ ਕਿ ਗੋਆ ਦੇ ਲੋਕਾਂ ਨੂੰ ਗਲਤੀ ਦੇ ਨਾਲੇ ਚਤਾਵਨੀ ਜਾਰੀ ਕਰ ਦਿੱਤੀ ਗਈ ਕਿ ਸੁਨਾਮੀ ਆਉਣ ਵਾਲੀ ਹੈ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ ਸਥਾਨਕ ਵਾਸੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਕਰੀਬ 9 ਵਜੇ ਚਤਾਵਨੀ ਵਾਲਾ ਘੁੱਗੂ ਵੱਜਣਾ ਸ਼ੁਰੂ ਹੋਇਆ ਜੋ ਕਰੀਬ 20 ਮਿੰਟ ਤੱਕ ਵੱਜਦਾ ਰਿਹਾ ਪ੍ਰਸ਼ਾਸਨ ਨੇ ਦੱਸਿਆ ਕਿ ਸਾਰ ਇਹਨ ਕਿਸੇ ਤਕਨੀਕੀ ਨੁਕਸਾਨ ਕਾਰਨ ਵੱਜਿਆ ਜਾਂ ਕਿਸੇ ਹੋਰ ਕਾਰਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਸੂਬੇ ਦੇ ਮੰਤਰੀ ਨੇ ਮਾਮਲੇ ਦੀ ਰਿਪੋਰਟ ਅਧਿਕਾਰੀਆਂ ਤੋਂ ਤਲਬ ਕਰ ਲਈ ਹੈ ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੜਕੇ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਆਸੀਅਨ ਭਾਰਤ ਸੰਮੇਲਨ ਦੇ ਵਿੱਚ ਸ਼ਾਮਲ ਹੋਏ ਇਸ ਦੌਰਾਨ ਪੀਐਮ ਨੇ 5 ਮਿੰਟ ਸੰਬੋਧਨ ਕੀਤਾ ਤੇ ਕਿਹਾ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੈ ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ ਸਾਡਾ ਮੰਤਰ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੀ ਇੰਡੋਪੈਸਿਫਿਕ ਪੈਸਿਫਿਕ ਪਹਿਲ ਕਾਰਮੀ ਦੇ ਵਿੱਚ ਆਸੀਅਨ ਦਾ ਵੀ ਇੱਕ ਪ੍ਰਮੁੱਖ ਸਥਾਨ ਹੈ ਆਸੀਅਨ ਭਾਰਤ ਦੀ ਐਕਟ ਈਸਟ ਨੀਤੀ ਦਾ ਕੇਂਦਰੀ ਥੰਮ ਹੈ ਰਾਜਧਾਨੀ ਦਿੱਲੀ ਦੇ ਵਿੱਚ ਪੂਰੀਆਂ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ 9 ਤੇ 10 ਤੰਬਰ ਨੂੰ ਜੀ20 ਸੰਮੇਲਨ ਹੋਣਾ ਹੈ ਵੱਖ-ਵੱਖ ਦੁਨੀਆ ਦੇ ਵੱਡੇ ਮੁਲਕਾਂ ਤੋਂ ਵੱਡੇ ਲੀਡਰ ਪਹੁੰਚ ਰਹੇ ਨੇ ਇਸ ਕਰਕੇ ਰਾਜਧਾਨੀ ਦੇ ਵਿੱਚ ਸੁਰੱਖਿਆ ਬਾਵਾ ਸਖਤ ਕੀਤੀ ਹੋਈ ਹੈ ਰਾਜਧਾਨੀ ਨੂੰ ਚਮਕਾਇਆ ਜਾ ਰਿਹਾ ਹੈ ਲੋਕਾਂ ਨੂੰ ਘਰਾਂ ਦੇ ਅੰਦਰ ਬਿਠਾਇਆ ਜਾ ਰਿਹਾ ਹੈ ਤੁਹਾਡੀ ਸਹੂਲਤ ਦੇ ਲਈ ਵੀ ਅਸੀਂ ਦੱਸ ਦਿੰਨੇ ਹਾਂ ਕਿ ਜੇ ਤੁਸੀਂ ਦਿੱਲੀ ਜਾਣਾ ਹੈ ਕਈ ਵਾਰੀ ਕਿਸੇ ਦੀ ਫਲਾਈਟ ਹੁੰਦੀ ਹੈ ਉਸ ਨੂੰ ਅਸੀਂ ਕੈਨਸਲ ਨਹੀਂ ਕਰ ਸਕਦੇ ਤਾਂ ਤੁਸੀਂ ਆਪਣੀ ਮਿੱਥੇ ਸਮੇਂ ਤੋਂ ਜਿੰਨੇ ਵਜੇ ਜੇ ਤੁਹਾਡੀ ਮੰਨ ਲਓ ਕਿ ਰਾਤ ਨੂੰ 1 ਵਜੇ ਫਲਾਈਟ ਹੈ ਤੇ ਤੁਸੀਂ ਘਰੋਂ ਪੰਜ ਵਜੇ ਚੱਲਣ ਦਾ ਪਹਿਲਾਂ ਪਲਾਨ ਬਣਾਇਆ ਹੋਇਆ ਸੀ ਤਾਂ ਤੁਸੀਂ ਉਸ ਤੋਂ 5 ਘੰਟੇ ਐਡਵਾਂਸ ਚੱਲੋ ਕਿਉਂਕਿ ਵੱਡੇ ਵੱਡੇ ਜਾਮ ਲੱਗ ਰਹੇ ਨੇ ਚੈਕਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਦਿੱਲੀ ਦੀ ਹੈ ਦਿੱਲੀ ਦੀ ਐਂਟਰੈਂਸ ਤੇ ਔਰ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਚੈਕਿੰਗ ਹੋ ਰਹੀ ਹੈ ਬਾਹਰ ਲੀਆਂ ਸਟੇਟਾਂ ਤੋਂ ਜੇ ਤੁਸੀਂ ਜਾਣੇ ਹੋ ਤਾਂ ਚੈਕਿੰਗ ਬਹੁਤ ਜ਼ਿਆਦਾ ਹੁੰਦੀ ਹੈ ਸੋ ਜੇ ਤੁਹਾਡੀ ਫਲਾਈਟ ਹੈ ਜਾਂ ਹੋਰ ਕੋਈ ਜ਼ਰੂਰੀ ਕੰਮ ਹੈ 8 9 ਤੇ 10 ਸਤੰਬਰ ਨੂੰ ਤਾ ਤੁਸੀਂ ਬਹੁਤ ਹੀ ਸੋਚ ਸਮਝ ਕੇ ਤੁਹਾਨੂੰ ਜਾਣਾ ਪਏਗਾ ਹੋ ਸਕਦਾ ਤੁਹਾਨੂੰ ਫਲਾਈਟ ਤੇ ਹੀ ਜਾਣਾ ਪਵੇ ਹਾਲਾਂਕਿ ਬਹੁਤ ਸਾਰੀਆਂ ਫਲਾਈਟਾਂ ਵੀ ਮੁਲਤਵੀ ਕੀਤੀਆਂ ਗਈਆਂ ਜਾਂ ਰੱਦ ਕੀਤੀਆਂ ਗਈਆਂ ਹਨ ਟ੍ਰੇਨਾਂ ਵੀ ਬਹੁਤ ਸਾਰੀਆਂ ਰੱਦ ਕੀਤੀਆਂ ਗਈਆਂ ਨੇ ਸੜਕੀ ਰਾਹ ਤੇ ਜੇ ਤੁਸੀਂ ਜਾਨਦੇ ਹੋ ਤਾਂ ਵੀ ਤਲਾਸ਼ੀ ਬਹੁਤ ਹੁੰਦੀ ਹੈ ਸੋ ਆਪਣਾ ਸਮਾਂ ਵਿਚਾਰ ਕੇ ਜਾਇਓ ਸੋ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤਾਂ ਕੱਲ ਨੂੰ ਹੀ 8 ਸਤੰਬਰ ਨੂੰ ਹੀ ਭਾਰਤ ਪਹੁੰਚ ਜਾਣਗੇ 3 ਦਿਨਾਂ ਉਹਨਾਂ ਦਾ ਦੌਰਾ ਹੈ 9 ਤੇ 10 ਸਤੰਬਰ ਨੂੰ ਤਾਂ ਜਿਹੜੀ ਸੱਮਿਟ ਸ਼ੁਰੂ ਹੋ ਜਾਣੀ ਹੈ ਤੇ 8 ਨੂੰ ਉਹਨਾਂ ਨੇ ਭਾਰਤ ਆ ਜਾਣਾ ਤੇ ਰਾਸ਼ਟਰਪਤੀ ਬਣ ਤੋਂ ਬਾਅਦ ਜੋ ਬਾਈਡਨ ਦਾ ਇਹ ਪਹਿਲਾ ਭਾਰਤ ਦੌਰਾ ਹੋਏਗਾ ਸ਼ਾਮ ਨੂੰ 에ਅਰ ਫੋਰਸ ਇੱਕ ਦੇ ਨਾਲ ਉਹ ਦਿੱਲੀ ਪਹੁੰਚ ਜਾਣਗੇ ਪ੍ਰਧਾਨ ਮੰਤਰੀ ਮੋਦੀ ਵੀ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਜਾ ਸਕਦੇ ਨੇ ਹਾਲੇ ਤੱਕ ਕੋਈ ਅ ਅਫੀਸ਼ੀਅਲ ਇਨਫੋਰਮੇਸ਼ਨ ਨਹੀਂ ਹੈ 8 ਸਤੰਬਰ ਨੂੰ ਕਾਲੂ ਵਾਈਡਨ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕਰਨਗੇ ਪਹਿਲਾਂ ਦੱਸਿਆ ਗਿਆ ਸੀ ਕਿ ਉਹ 7 ਸਤੰਬਰ ਤੋਂ ਦਿੱਲੀ ਪਹੁੰਚਣਗੇ ਪਰ ਅੱਜ ਉਹ ਨਹੀਂ ਪਹੁੰਚੇ ਕੱਲ੍ਹ ਪਹੁੰਚਣਗੇ ਅਗਲੀ ਵੱਡੀ ਖਬਰ ਅਮਰੀਕਾ ਤੋਂ ਜਿੱਥੇ 11 ਲੱਖ ਭਾਰਤੀ ਗ੍ਰੀਨ ਕਾਰਡ ਲੈਣ ਦੇ ਉਡੀਕ ਕਰ ਰਹੇ ਨੇ ਇਹ ਦਾਵਾ ਅਮਰੀਕੀ ਥਿੰਕ ਟੈਂਕ ਕੈਟੋ ਇੰਸਟੀਚਿਊਟ ਦੀ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ ਇਸ ਮੁਤਾਬਕ ਅਮਰੀਕਾ ਚ ਰੋਜ਼ਗਾਰ ਲਈ ਗ੍ਰੀਨ ਕਾਰਡ ਵਾਸਤੇ ਅਪਲਾਈ ਕਰਨ ਵਾਲੇ ਭਾਰਤੀਆਂ ਦੀ ਗਿਣਤੀ 11 ਲੱਖ ਤੱਕ ਪਹੁੰਚ ਗਈ ਹੈ ਇਹਨਾਂ ਦੇ ਵਿੱਚੋਂ 4 ਲੱਖ ਲੋਕ ਅਜਿਹੇ ਨੇ ਜਿਨ੍ਹਾਂ ਦੀ ਗ੍ਰੀਨ ਕ ਮੌਤ ਹੋ ਚੁੱਕੀ ਹੋਵੇਗੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਵੇਂ ਪਤਾ ਲੱਗਿਆ ਕਿ ਮੌਤ ਹੋ ਚੁੱਕੀ ਹੋਵੇਗੀ ਯਾਨੀ ਕਿ ਉਹਨਾਂ ਦੀ ਜਿਹੜੀ ਉਮਰ ਹੀ ਇਸ ਪੜਾਅ ਦੇ ਵਿੱਚ ਪਹੁੰਚ ਚੁੱਕੀ ਐ ਇਸ ਦੌਰ ਦੇ ਵਿੱਚ ਪਹੁੰਚ ਚੁੱਕੀ ਐ ਜਿੰਨੀ ਕੁ ਕੁਦਰਤ ਨੇ ਇਨਸਾਨ ਦੀ ਇੱਕ ਇਨਸਾਨ ਦੀ ਉਮਰ ਮਿੱਥੀ ਹੁੰਦੀ ਐ 100 ਸਾਲ ਸੋ ਉਹ ਉੱਥੋਂ ਤੱਕ ਪਹੁੰਚ ਚੁੱਕੇ ਹੋਣਗੇ ਬਰਤਾਨੀਆਂ ਦੇ ਵਿੱਚ ਖਾਲਿਸਤਾਨੀ ਪੱਖੀ ਗਤੀਵਿਧੀਆਂ ਨੂੰ ਲੈ ਕੇ ਭਾਰ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸਨਕ ਨੇ ਬਿਆਨ ਦਿੰਦਿਆਂ ਕਿ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਸਾਡੇ ਮੁਲਕ ਦੇ ਵਿੱਚ ਸਵੀਕਾਰ ਨਹੀਂ ਉਹਨਾਂ ਕਿਹਾ ਕਿ ਜਾਇਜ਼ ਵਿਰੋਧ ਦੇ ਅਧਿਕਾਰ ਨੂੰ ਹਿੰਸਕ ਜਾਂ ਧਮਕੀ ਭਰੇ ਵਿਵਹਾਰ ਤੱਕ ਨਹੀਂ ਲਿਜਾਇਆ ਜਾ ਸਕਦਾ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ ਧੰਨਵਾਦ